26 ਜਨਵਰੀ ਦੀ ਝਾਕੀ ਦਿੱਲੀ ਵਾਲੇ ਪੰਜਾਬ ਵਾਲੀ ਜੇ ਨਹੀਂ ਦਿਖਾਉਣਗੇ ਕਿਤੇ ਸ਼ਹੀਦ ਭਗਤ ਸਿੰਘ ਦਾ ਮਾਨ ਸਨਮਾਨ ਸਾਡੇ ਘੱਟ ਜਾਊਗਾ। ਮੈਂ ਤਾਂ ਕਹਿੰਦਾ 26 ਜਨਵਰੀ ਦੀ ਇੱਜ਼ਤ ਵੱਧ ਜਾਂਦੀ ਜੇ ਵਿੱਚ ਉਹਨਾਂ ਨੂੰ ਪਾ ਲੈਂਦੇ। ਸਾਡੇ ਬਿਨਾਂ ਕਿਵੇਂ ਆਜ਼ਾਦੀਆਂ ਦੇ ਦਿਹਾੜੇ ਮਨਾ ਲਓਗੇ ਬਈ ਤੁਸੀਂ? ਤੇ ਹੁਣ ਅੱਜ ਕੀ ਆਇਆ? ਅੱਜ ਆਇਆ ਅਗਲੇ 3 ਸਾਲ ਦਾ ਰਿਲੀਜ਼ ਕਰਤਾ ਸਾਰਾ ਵੀ ਭਾਈ ਪੰਜਾਬ ਹੋਊਗਾ ਹੀ ਹੋਊਗਾ। ਕਹਿੰਦੇ ਬਸ, ਮੈਂ ਕਿਹਾ ਹੁਣ ਹੋਊਗਾ ਨਾ। ਅਗਲੇ 3 ਸਾਲ ਦਾ ਸੈਂਟਰ ਸਰਕਾਰ ਨੇ ਜਾਰੀ ਕਰਤਾ ਕੈਲੰਡਰ, ਜਾਰੀ ਕਰਤਾ ਕਿ 15 ਅਗਸਤ 26 ਜਨਵਰੀ 15 ਅਗਸਤ 26 2027 ਤੱਕ ਦਾ ਕਿ ਪੰਜਾਬ ਦੀ ਝਾਕੀ ਦੇ ਵਿੱਚ ਜ਼ਰੂਰ ਹੋਊਗੀ। ਮੈਂ ਕਿਹਾ ਹੁਣ ਕਿਉਂ ਆਏ ਹੋ ਫਿਰ? ਪਰ ਉਹ ਝਾਕੀ ਮੈਂ ਤਾਂ ਦਿਖਾਊਂ ਸਾਰੇ ਪੰਜਾਬ ਨੂੰ, ਕਈ ਬਣਾ ਲਈਆਂ। ਪਹਿਲਾਂ ਤਾਂ ਮੈਂ ਇੱਕੋ ਹੀ ਭੇਜਣੀ ਸੀ ਉੱਥੇ। ਉਹਦੇ 3 ਪਾਰਟ ਨੇ, ਇੱਕ ਆਜ਼ਾਦੀ, ਦੂਜਾ ਨਾਰੀ ਸ਼ਕਤੀ ਮਾਈ ਭਾਗੋ, ਤੀਜਾ ਪੰਜਾਬ ਦਾ ਕਲਚਰ, 3 ਨੇ। ਹੁਣ ਮੈਂ 15-20 ਬਣਵਾ ਲਈਆਂ, ਰੋਜ਼ ਪਿੰਡਾਂ ਜਾਇਆ ਕਰਨਗੀਆਂ, ਦਿਖਾਇਆ ਕਰਾਂਗੇ ਅਤੇ ਨਾਲੇ ਉਹਨਾਂ ਨੂੰ ਪੁੱਛਿਆ ਕਰਾਂਗੇ ਭਾਈ ਆਹ ਰਿਜੈਕਟ ਕੀਤੀਆਂ ਹੋਈਆਂ ਨੇ। ਇਹ ਕੌਣ ਨੇ ਵੀ ਭਗਤ ਸਿੰਘ ਨੂੰ ਰਿਜੈਕਟ ਕਰਨ ਵਾਲੇ? ਇਹ ਕੌਣ ਨੇ ਵੀ ਮਾਈ ਭਾਗੋ ਦੀ ਲੜਾਈ ਨੂੰ, ਉਹਨਾਂ ਦੀ ਬਹਾਦਰੀ ਨੂੰ ਰਿਜੈਕਟ ਕਰਨ ਵਾਲੇ? ਆਪਦਾ ਕੀ ਯੋਗਦਾਨ ਹੈ? ਕੋਈ ਨੀ। ਕੌਣ ਬੈਠਾ? ਬਾਬੂ ਬੈਠੇ ਉੱਥੇ। ਹੱਦ ਹੈ ਯਾਰ, ਮੇਰਾ ਗੁੱਸਾ ਜਾਇਜ਼ ਸੀ ਨਾ ਫਿਰ, ਕਿ ਗਲਤ ਹੈ ਤੁਸੀਂ ਤੁਸੀਂ ਸਾਡੇ ਬਿਨਾਂ ਕਿਵੇਂ ਮਨਾ ਲਓਗੇ ਪੰਜਾਬ ਤੋਂ ਬਿਨਾਂ ਆਜ਼ਾਦੀਆਂ ਦੇ ਦਿਹਾੜੇ? ਬਲਕਿ ਪੰਜਾਬ ਛੱਡੋ, ਜੇ ਅੰਡੇਮਾਨ ਨਿਕੋਬਾਰ ਦੀ ਝਾਕੀ ਨਿਕਲਣੀ ਹੋਵੇ, 95% ਫਾਂਸੀ ਵਾਲੇ ਤੇ ਕਾਲੇ ਪਾਣੀ ਵਾਲੇ ਉੱਥੇ ਪੰਜਾਬੀ ਨੇ, ਉਹ ਚ ਵੀ ਪੰਜਾਬੀ ਦਿਖਾਉਣੇ ਪੈਣਗੇ ਇਹਨਾਂ ਨੂੰ ਜੇ ਅੰਡੇਮਾਨ ਨਿਕੋਬਾਰ ਦੀ ਝਾਕੀ ਆ ਜਾਏ।